सत अठ नौ दस ग्यारह बारह तेरह बश
ਸ਼ਗੁਨਾ ਵਰਮਾ ਗਵਰਨਮੈਂਟ ਹਾਈ ਸਕੂਲ ਮਲਾੜ ਦੀ ਟੀਚਰ ਹਾਂ ਤੇ ਤੁਸੀਂ ਪਤਾ ਹੈ ਮੈਂ ਕੀ ਕਰਾਉਣੀ ਹਾਂ ਤੇ ਮੇਰੇ ਖਿਆਲ 'ਚ ਤੁਸੀਂ ਨਹੀਂ ਪਤਾ ਹੋਣਾ ਕਿ ਇਹ ਕੀ ਕਰਾਉਣੇ ਇਹ ਮੈਂ ਰਾੜੇ ਚਿਤਰਾਉਣੀ ਹਾਂ ਤੇ ਮੇਰੇ ਖਿਆਲ 'ਚ ਕੁਛ ਲੋਕ ਤਾਂ ਐਸੇ ਹੋਣੇ ਜਿਨ੍ਹਾਂ ਕਦੇ ਨਾਂ ਵੀ ਨਹੀਂ ਸੁਣਿਆ ਹੋਣਾ ਕਿ ਰਾੜੇ ਹੁੰਦੇ ਕੀ ਨੇ ਇਹ ਜਿਹੜੇ ਰਾੜੇ ਚਿਤਰਨਾ ਜਾਂ ਰਾੜਿਆਂ ਦਾ ਜਿਹੜਾ ਤਿਉਹਾਰ ਹੈ ਇਹ ਡੋਗਰਾ ਜਿਹੜਾ ਕਲਚਰ ਹੈ ਸਾਡਾ ਇਹ ਡੋਗਰਿਆਂ ਦਾ ਇੱਕ ਮੇਨ ਤਿਉਹਾਰ ਹੁੰਦਾ ਹਾਂ ਜਿਸੀ ਅਸੀਂ ਆਖਦੇ ਹਾਂ ਰੁੱਟ ਰਾੜੇ ਤੇ ਮੈਂ ਤੁਸੀਂ ਇਹਦੇ ਬਾਰੇ ਕੁਛ ਸੁਣਾਉਣੀ ਆ ਰੁੱਟ ਰਾੜੇ ਜਿਹੜਾ ਤਿਉਹਾਰ ਹੈ ਇਹ ਆੜ ਮਹੀਨੇ ਦੀ ਸੰਗਰਾਂਦੀ ਹੁੰਦਾ ਹਾਂ ਤੇ ਸੌਣ ਮਹੀਨੇ ਸੰਗਰਾਂਦੀ ਜਿਹੜਾ ਹਾ ਖਤਮ ਹੋਈ ਜਾਂਦਾ ਹਾ ਇਹਦੇ ਚ ਕੀ ਕਰਦੀ ਸੀ ਆ ਇਹ ਸਾਡੇ ਜਿਹੜੀਆਂ ਕੁੜੀਆਂ ਜਿਹੜੀਆਂ ਇਕੱਠੀਆਂ ਹੋਈ ਹੈ ਇਹ ਰਾੜੇ ਰਾਂਦੀਆਂ ਹੀ ਆ ਰਾੜੇ ਰਾਣੇ ਦਾ ਮਤਲਬ ਇਹ ਹੁੰਦਾ ਹਾ ਕਿ ਕੁੜੀਆਂ ਸਾਰੀਆਂ ਇਕੱਠੀਆਂ ਹੋਈ ਹੈ ਰਾੜੇ ਰਾਂਦੀ ਹੀ ਆ ਤੇ ਕੰਨੇ ਉਹਨੇ ਰਾੜੇ ਦੀ ਚਿੱਤਰਦੀਆਂ ਹੀ ਆ ਚਿੱਤਰਨਾ ਮੀਨਸ ਡੈਕੋਰੇਟ ਜਿਵੇਂ ਅਸੀਂ ਅੱਜ ਕੱਲ੍ਹ ਰੰਗੋਲੀ ਬਣਾਉਂਦੇ ਹਾਂ ਇਹਾਂ ਗੇ ਪਹਿਲੇ ਜ਼ਮਾਨੇ ਚ ਲੋਕ ਕੀ ਕਰਦੇ ਸੀ ਰਾੜੇ ਰਾਂਦੇ ਤੇ ਰਾੜੇ ਚਿੱਤਰਦੇ ਉਹਦੇ ਚ ਕਰਦੇ ਕਿ ਇਹ ਲੋਕ ਇਹ ਤੇ ਮੈਂ ਆਪਣੇ ਸਾਡੇ ਪੱਕੇ ਮਕਾਨ ਕੋਠੇ ਦੀ ਛੱਤ ਉੱਪਰ ਆਈ ਇਹ ਰਾੜਾ ਇੱਕ ਤੁਸੀਂ ਦੱਸਿਆ ਕਿ ਕਿਵੇਂ ਕਰਦੇ ਲੋਕ ਐਕਚੁਅਲੀ ਕੀ ਕਰਦੇ ਸੀ ਲੋਕ ਪਹਿਲੇ ਜਿਹੜੇ ਸਾਡੇ ਇਹ ਹੁੰਦੇ ਘੜੇ ਘੜੇ ਦੇ ਉੱਪਰ ਜਿਹੜੇ ਗਲਮੇ ਉੱਪਰ ਨੈਕ ਜਿਹੜਾ ਹੁੰਦਾ ਉਹ ਟੁੱਟ ਜਾਂਦੇ ਤੇ ਉਹ ਹੋਈਏ ਜਾਂ ਬੋਤਲਾਂ ਹੁੰਦੀਆਂ ਛੋਟੀ ਛੋਟੀਆਂ ਉਹਨੇ ਆਪਣੇ ਕੱਚੇ ਕੋਠੇ ਪਰ ਦਵਾਈਆਂ ਰੱਖਦੇ ਸੀ ਤੇ ਉਹਦੇ ਵਿੱਚ ਜਿਹੜਾ ਹੈ ਕੋਈ ਬੂਟਾ ਹੁੰਦਾ ਜਿਵੇਂ ਕੋਈ ਮੱਕਾ ਹੋਈਆਂ ਕਣਕ ਹੋਈ ਜਾਂ ਇਹ ਹੋਈਆ ਥੋੜਾ ਮਾਂ ਹੋਈਏ ਮੂੰਗੀ ਰੋਂਗੀ ਇਹਦੇ ਬੂਟੇ ਚ ਇਹਦੇ ਘੜੇ ਦੇ ਵਿੱਚ ਉਹ ਜਿਹੜੇ ਗਲਮੇ ਹੁੰਦੇ ਉਹਦੇ ਵਿੱਚ ਉਹ ਰਾਂਦੇ ਸੀ ਉਹਦਾ ਮਕਸਦ ਮੇਨ ਇਹ ਹੁੰਦਾ ਹਾ ਕਿ ਉਹ ਬੀਜ ਹੀ ਚੈੱਕ ਕਰਦੇ ਹੈ ਕਿ ਕਿਆ ਇਹ ਬੀਜ ਜਿਹੜੇ ਨੂੰ ਸਾਡੀ ਫਸਲ ਅੱਗੇ ਲੱਗਣੇ ਵਾਲੀ ਹੈ ਮੱਕਾ ਲਾਉਂਦੇ ਨੇ ਲੋਕ ਜਿਹੜੇ ਬਰਸਾਤੀ ਦੇ ਮੌਸਮ ਚ ਕਿ ਕਿਆ ਇਹ ਜਿਹੜੀ ਮੱਕਾ ਨੇ ਇਹਦੇ ਬੀਜ ਠੀਕ ਹਨ ਇਹ ਉੱਗੀ ਆਂਗਨ ਜਾਂ ਨਹੀਂ ਉੱਗੀ ਆਂਗਨ ਉਸੇ ਉਹ ਚੈੱਕ ਕਰਦੇ ਹੈ ਤੇ ਰਾੜੇ ਜਿਹੜੇ ਹੁੰਦੇ ਹੈ ਇਹ ਇੱਕ ਮੇਕ ਰਾੜਾ ਤੁਸੀਂ ਦੱਸੇ ਦਾ ਤੇ ਇਹਾਂ ਗਏ ਇਹਦੇ ਅੱਗੇ ਪਿੱਛੇ ਨਿੱਕੇ ਨਿੱਕੇ ਰਾੜੇ ਵੀ ਰਾਂਦੇ ਹੈ ਲੋਕ ਉਹ ਲਾਉਂਦੇ ਹੈ ਜਿੰਨੇ ਘਰੇ ਦੇ ਮੇਲ ਮੈਂਬਰ ਹੁੰਦੇ ਹੈ ਤੇ ਉਨੇ ਹੀ ਰਾੜੇ ਲਾਏ ਜਾਂਦੇ ਹੈ ਤੇ ਸੈਂਟਰ ਚ ਇੱਕ ਵੱਡਾ ਜਿਹਾ ਰਾੜਾ ਲਾਉਂਦੇ ਹੈ ਉਸੇ ਅਸ ਤੰਮਾ ਰਾੜਾ ਆਖਨੇ ਆ ਤੰਮਾ ਮੀਨਸ ਕਿ ਜਿਹੜਾ ਘਰ ਦਾ ਬੜਾ ਵੱਡਾ ਬਜ਼ੁਰਗ ਕੋਈ ਦਾਦਾ ਪਰਦਾਦਾ ਉਹਦੇ ਨਾਂ ਦਾ ਰਾੜਾ ਜਿਹੜਾ ਇੱਕ ਸੈਂਟਰ ਚ ਲਾਏ ਜਾਂਦਾ ਹਾ ਤੇ ਕੁੜੀਆਂ ਇਕੱਠੀਆਂ ਹੋਈਆਂ ਐਤ ਐਤਵਾਰ ਸੀ ਆਪਣੇ ਗੋਆ ਪਰੋਲਾ ਵਗੈਰਾ ਫੇਰੀ ਆ ਇਕੱਠੀਆਂ ਹੁੰਦੀ ਹੀ ਆ ਤੇ ਕੰਨੇ ਰਾੜੇ ਚਿੱਤਰਦੀ ਹੀ ਆ ਤੇ ਕੰਨੇ ਗਾਣੇ ਗਾਉਂਦੀ ਹੀ ਆ ਇਹ ਇੱਕ ਕਿਸਮ ਦਾ ਇੱਕ ਸੋਰਸ ਆਫ ਐਂਟਰਟੇਨਮੈਂਟ ਹੁੰਦਾ ਹਾ ਤੇ ਫਿਰ ਜਿਲੇ ਚਾਰ ਐਤਵਾਰ ਹੋਈ ਜਾਂਦੇ ਹੈ ਤੇ ਸੰਗਰਾਂਦ ਜਦੋਂ ਆਉਂਦੀ ਸੌਣ ਮਹੀਨੇ ਸੰਗਰਾਂਦ ਅਦੂ ਕੁੜੀਆਂ ਜਿਹਦੇ ਨਵੇਂ ਵਿਆਹ ਹੋਏ ਹੁੰਦੇ ਉਹ ਆਪਣੇ ਪਿਓਕੇ ਹੁੰਦੀ ਹੀ ਆ ਤੇ ਸੋਰੀਏ ਉਹਨੇ ਕੀ ਕਰਦੇ ਹੈ ਤਿਉਹਾਰ ਭੇਜਦੇ ਹੈ ਤੇ ਉਸੇ ਤਿਉਹਾਰ ਵੀ ਅਸੀਂ ਮਿੰਜਰਿਆਂ ਤਿਉਹਾਰ ਰੱਖਨੇ ਆ ਅਜੇ ਉਹ ਆਇਆ ਨਹੀਂ ਹੈ ਹੁਣ ਉਹ ਅਗਲੀ ਸੰਗਰਾਂਦ ਜਦੋਂ ਵੀ ਆਗ ਤੇ ਉਹ ਮਿੰਜਰਿਆਂ ਤਿਉਹਾਰ ਹੋਣਾ ਤੇ ਅੱਜ ਮੈਂ ਇਕੱਲੀ ਆ ਇੱਥੇ ਆ ਤੇ ਕੁੜੀਆਂ ਚਿੜੀਆਂ ਜਿਹੜੀਆਂ ਹੁੰਦੀ ਇਕੱਠੀਆਂ ਹੋਈ ਹੈ ਸਾਰਾ ਆੜੇ ਚਿੱਤਰਦੀਆਂ ਲੇਕਿਨ ਤੁਸੀਂ ਸਾਰੇ ਹੀ ਪਤਾ ਕਿ ਅੱਜ ਕੱਲ੍ਹ ਕਰੋਨਾ ਜਿਹੜਾ ਉਹ ਹੈ ਸਮੇਂ ਚਲਾ ਕਰਦਾ ਤੇ ਇਕੱਠੇ ਹੋਣਾ ਜਿਹੜਾ ਉਹ ਪੋਸੀਬਲ ਨਹੀਂ ਹੈ ਤੇ ਮੈਂ ਇਕੱਲੇ ਤੁਸੀਂ ਥੋੜਾ ਹੀ ਹੈ ਇੱਕ ਦੱਸਿਆ ਕਿ ਭਈ ਸਾਡਾ ਜਿਹੜਾ ਹੈ ਹਿੰਦੂਆਂ ਦਾ ਸਾਡੇ ਡੋਗਰਾ ਕਲਚਰ ਦਾ ਜਿਹੜਾ ਇਹ ਤਿਉਹਾਰ ਰੁੱਤ ਰਾੜੇ ਇਹ ਅੱਜ ਕੱਲ੍ਹ ਬਿਲਕੁਲ ਹੀ ਗਾਇਬ ਹੋ ਚੁੱਕੇ ਦਾ ਤੇ ਲੋਕਾਂ ਇਹਦੇ ਬਾਰੇ 'ਚ ਕੁਛ ਵੀ ਨਹੀਂ ਪਤਾ ਤੇ ਮੀ ਉਮੀਦ ਹੈ ਕਿ ਅਗਰ ਅਗਲੇ ਸਾਲ ਭਗਵਾਨ ਨੇ ਚਾਹਿਆ ਇਹ ਕਰੋਨਾ ਖਤਮ ਹੋਈ ਆ ਤੇ ਸਾਰੇ ਅਸ ਜਿਹੜੇ ਆ ਇਹ ਰਾੜੇ ਦਾ ਜਿਹੜਾ ਤਿਉਹਾਰ ਹੈ ਇਹ ਮਿਲੀ ਜੁਲੀਆ ਮਨਾਉਂਦੇ ਆ ਧੰਨਵਾਦ।